ਉਧਰ ਸਾਡੇ ਨਾਸ਼ਤੇ ਦਾ ਟਾਈਮ ਹੋਇਆ ਹੁੰਦਾ, ਉਧਰ ਟਿਕਟੋਕ ਬਣਾਉਣ ਲੱਗ ਪੈਂਦੀ ਆ। ਤੇਰਾ ਮੂੰਹ ਹੈ ਟਿਕਟੋਕ ਚ ਆਉਣ ਵਾਲਾ, ਜਿਹੜੀਆਂ ਟਿਕਟੋਕ ਚ ਆਉਣੀਆਂ ਆ ਉਹਨਾਂ ਦੇ ਐਡੇ ਵਾਲ ਆ, ਤੇਰੀ ਐਡੀ ਜ਼ੁਬਾਨ ਆ, ਫਿਰ ਤੂੰ ਟਿਕਟੋਕ ਚ ਕਿੱਥੋਂ ਆਉਣਾ। ਐ ਫੜੋ ਜ਼ਰਾ ਟਰਾਲੀ, ਮੈਂ ਲੈ ਕੇ ਆਇਆ ਪਾਸਤਾ। ਹਾਂ ਤੇ ਵੀਰਾ ਖਾਈ ਜ਼ਰਾ ਆਸਤਾ, ਉਹ ਤਾਂ ਮੇਰਾ ਵੀ ਇੰਨੇ ਇੰਨਾ ਕੁ ਮਿਲੀ ਵੀ ਰੱਖ। ਇਸ ਕੁੜੀ ਨੇ ਮੇਰੀ ਨੀਂਦ ਲਈ ਪੂਰੀ ਹੋਲ ਦਿੱਤੀ ਇਹਨੇ। ਕਰ ਦਿੱਤਾ ਵਾ, ਮੰਜੀ ਚੋਰੀ ਕਰਾਤੀ ਆ ਤੇਰੀ, ਤੂੰ ਐਡੀ ਨੀਂਦ ਪੂਰੀ ਕਰਨੀ ਸੀ, ਕੀ ਤੂੰ ਕੀ ਪਿਸ਼ਾਵਰ ਟਰੱਕ ਲੈ ਕੇ ਜਾਣਾ ਸੀ? ਨੀਂਦ ਪੂਰੀ ਕਰ ਲਾ, ਕਿਸੇ ਦਰਖਤ ਨੂੰ ਜੱਫੀ ਨਾ ਪੈ ਜਾਵੇ। ਦੇਖ ਬੋਲਦੀ ਕਿੱਦਾਂ ਆ, ਦੇਖ ਬੋਲਦੀ ਕਿੱਦਾਂ ਆ। ਆ ਬੇੜਾ ਗਰਕ ਜਾ, ਬੇੜਾ ਗਰਕ ਗਿਆ, ਬੇੜਾ ਗਰਕ ਗਿਆ। ਇਸ ਕਰ ਦਾ ਕਹਿੰਦੇ ਚੁੱਪ ਕਰ, ਕੋਈ ਨਹੀਂ। ਹਾਏ ਮੈਨੂੰ ਮਾਰ ਲੱਗੀ, ਵੇ ਮੈਨੂੰ ਮਾਰ ਲੱਗੀ, ਮੱਲੇ ਆਲਿਆ ਆ ਜਾ, ਆ ਜਾ, ਮੈਨੂੰ ਮਾਰ ਲੱਗੀ ਆ। ਹਾਂ ਮੱਲੇ ਆਲਿਆ, ਮੱਲੇ ਵਾਲੇ ਸੁੱਤੇ ਆ, ਨਹੀਂ ਤਾਂ ਮੈਂ ਮਾਜ ਮਾਰਾ ਇੱਦਾਂ ਦੌੜ ਕੇ ਆਉਂਦੇ ਸਾਰੇ ਜਣੇ। ਇਹਨਾਂ ਨੂੰ ਉੱਠ ਲੈ ਦੇ, ਇਹਨਾਂ ਮੇਰੇ ਮੁਕੱਦਰ ਮਾਰੇ ਆ, ਸੁੱਤੇ ਆ, ਸੁੱਤੇ ਆ। ਮੈਨੂੰ ਚਾਹੀਦਾ 12:30 ਲੜਦੀ, ਮੈਂ ਟਾਈਮ ਗਲਤ ਰੱਖਿਆ। ਹਏ ਹਏ ਹਏ, ਮੇਰੀ ਜਾਨ ਨੂੰ ਸਿਆਪਾ ਪਾਇਆ। ਭਾਂਡੇ ਆਸਤਾ ਸਿੱਟ, ਇਹ ਤੇਰੇ ਤੇਰੇ ਪਿਓ ਨੇ ਨਹੀਂ ਦਿੱਤੇ ਹੈਗੇ ਵੀ ਇਹ ਜਹੇਜ ਚ ਆਏ ਆ। ਆਸਤਾ ਭਾਂਡੇ ਸਿੱਟਿਆ ਕਰ, ਆਸਤਾ ਸਿੱਟਿਆ ਕਰ, ਗੱਲਾਂ ਕਰ ਰਹੀ ਆ ਤੂੰ ਬਹੁਤ ਜਾ। ਹਾਂ ਮੈਂ ਕਿਹੜਾ ਸਿੱਟ ਦਿੱਤੇ ਤੇਰੇ ਸਿਰ ਤੇ ਲਿਆ ਕੇ ਭਾਂਡੇ? ਦੇ ਬੋਲਦੀ ਬੋਲਦੀ ਕਿੱਦਾਂ ਆ, ਬੋਲਦੀ ਕਿੱਦਾਂ ਆ ਤੂੰ, ਹੈ ਬੋਲਦੀ ਕਿੱਦਾਂ ਆ ਤੂੰ, ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਵੀ ਮਾਂ ਦੇ ਨਾਲ ਗੱਲ ਕਿੰਜ ਕਰਨੀ ਆ, ਗੱਲਾਂ ਕਰਨ ਰਹੀ ਆ। ਨਾ ਮਾਂ ਨੂੰ ਨੀ ਪਤਾ, ਖਾ ਪੀ ਕੇ ਉੱਥੇ ਭਾਂਡੇ ਰੱਖਤੇ ਮੇਰੇ ਕਮਰੇ ਦੇ ਵਿੱਚ, ਚੁੱਕਣੇ ਕਿੰਨੇ? ਕਿਹਦੇ ਚੁੱਕਣੇ ਆ, ਤੂੰ ਚੁੱਕਣੇ ਆ, ਤੈਨੂੰ ਕਾਹਦੇ ਵਾਸਤੇ ਲਿਆਂਦਾ ਆ, ਤੈਨੂੰ ਇਸੇ ਵਾਸਤੇ ਲਿਆਂਦਾ ਆ, ਸਾਡੀ ਖਿਦਮਤ ਕਰੇ, ਸਾਨੂੰ ਛਾਲਣ ਦੇਵੇ, ਰੋਟੀ ਦੇਵੇ, ਪਾ ਕੇ ਭਾਂਡੇ ਅਸੀਂ ਧੋਈਏ, ਤੈਨੂੰ ਕਾਹਦੇ ਵਾਸਤੇ ਲਿਆਂਦਾ ਆ। ਬੇੜਾ ਗਰਕ ਜਾ ਮੇਰੇ ਮੁੰਡੇ ਦਾ, ਜਿਹਨੇ ਤੈਨੂੰ ਇਹ ਨਹੀਂ ਦੱਸਿਆ ਵੀ ਮਾਂ ਰੋਟੀ ਖਾਵੇ ਤਾਂ ਬਰਤਨ ਕਿੱਦਾਂ ਚੁੱਕੀ ਦੇ ਅੱਗੋਂ, ਗੱਲਾਂ ਕਰ ਰਹੀ ਆ। ਨਾ ਖਾ ਖਾ ਕੇ ਇੰਨਾ ਤੇ ਫਿੱਟ ਗਈ ਆ, ਪੂਰਾ ਮੱਲਾ ਖਾ ਗਈ ਆ, ਰਹਿ ਕੀ ਗਿਆ ਹੁਣ? ਹਾਂ ਹਾਏ ਵੀ ਮੇਰੀ ਰੋਟੀ ਨੂੰ ਨੋਲਦੀ ਆ ਤੂੰ, ਮੇਰੀ ਰੋਟੀ ਨੂੰ ਨੋਲਦੀ ਆ, ਹੈ ਮੈਂ ਪਾਲ ਕੇ ਏਡਾ ਵੱਡਾ ਕੀਤਾ ਉਦੋਂ ਤੈਨੂੰ ਯਾਦ ਨਾ ਆਇਆ, ਹੈ ਉਦੋਂ ਨਾ ਤੈਨੂੰ ਯਾਦ ਆਇਆ, ਅੱਜ ਗੱਲਾਂ ਕਰ ਰਹੀ ਆ। ਕੀ ਦਿੱਤਾ ਤੇਰੀ ਮਾਂ ਨੇ? ਤੇਰੀ ਮਾਂ ਕੇ ਜਦੋਂ ਆਏ ਮੈਂ ਗਈ ਸੀ, ਉਹਨੇ ਤਾਂ ਮੇਰੇ ਨਾਲ ਗੱਲ ਕੀਤੀ ਸੀ ਵੀ ਅਸੀਂ ਨਾ ਜਹੇਜ ਚ ਕਾਰ ਦੇਣੀ ਆ, ਕਾਰ ਦੇਣੀ ਆ, ਕਿੱਥੇ ਰਹਿ ਗਈ ਕਾਰ ਹੁਣ, ਹੁਣ ਕਾਰ ਕਿੱਥੇ ਗਈ ਆ? ਗੱਲਾਂ ਕਰ ਰਹੀ ਆ ਬਹੁਤੀ ਆ, ਸੱਚੀਆਂ ਨਾ ਸੁਣੀ ਮੇਰੇ ਕੋਲੋਂ, ਟਕੀ ਰਹਿ ਟਕੀ ਰਹਿ, ਮੈਂ ਤੈਨੂੰ ਦੱਸ ਦਵਾ। ਨਾ ਕਾਰ ਦੇਣੀ, ਆਪਣਾ ਮੁੰਡਾ ਵੇਖਿਆ? ਬੁੱਢੇ ਮੇਰੇ ਨੂੰ ਕੀ ਹੋਇਆ, ਬੁੱਢੇ ਮੇਰੇ ਨੂੰ ਕੀ ਹੋਇਆ? ਮੁੰਡਾ ਵੇਖਿਆ ਵਾ ਆਪਣਾ, ਗੱਡੀ ਵਾਲੀ ਸ਼ਕਲ ਹੈਗੀ ਚੱਕੇ ਵਰਗਾ ਤੇ ਆਪਣਾ ਮੂੰਹ ਸਾਈਕਲ ਦੇ, ਗੱਡੀ ਚਾਹੀਦੀ ਆ। ਹਾਂ ਜੀ, ਫਿਰ ਮੇਰੇ ਮੁੰਡੇ ਨੂੰ ਗੁੱਗਾ ਗੱਲ ਨਾ ਕਰੀ, ਮੇਰੇ ਮੁੰਡੇ ਨਾਲ ਕੋਈ ਇੱਦਾਂ ਦੀ ਗੱਲ ਨਾ ਕਰੀ, ਚੰਗਾ ਭਲਾ ਮੁੰਡਾ ਸੀ, ਤੂੰ ਬੇੜਾ ਗਰਕ ਕਰਤਾ ਮੇਰੇ ਮੁੰਡੇ ਦਾ, ਮੁੰਡੇ ਮੇਰੇ ਦਾ ਤੂੰ ਬੇੜਾ ਗਰਕ ਕੀਤਾ ਆ। ਮੈਨੂੰ ਇਹ ਦੱਸ ਪਹਿਲੇ ਕੀ ਚੰਗਾ ਸੀ ਉਹਦੇ ਵਿੱਚ, ਹੈ ਅਕਸ਼ੇ ਕੁਮਾਰ ਸੀ ਪਹਿਲੇ? ਦੀ ਅਕਸ਼ੇ ਕੌਣ ਆ, ਅਕਸ਼ੇ ਕੌਣ ਆ, ਅਕਸ਼ੇ ਹੈ ਅਸੀਂ ਲੂੜਾ ਅਸ਼ਕੇ ਨੂੰ, ਕਿਹੜਾ ਅਸ਼ਕੇ ਆ ਗਿਆ, ਮੇਰੇ ਮੁੰਡੇ ਦੀ ਗੱਲ ਨਾ ਕਰੀ। ਲੈ ਮੈਨੂੰ ਕਹਿੰਦੇ ਆ ਕੁੜੀ ਪੜ੍ਹੀ ਲਿਖੀ ਆ ਜੀ, ਕੁੜੀ ਪੜ੍ਹੀ ਲਿਖੀ ਆ, ਆ ਪੜ੍ਹੀ ਲਿਖੀ ਦੇਖ ਲਓ, ਇਹਦੇ ਨਾਲ ਤਾਂ ਕੋਈ ਜਮਾਤ ਪੜ੍ਹਦੀ ਹੀ ਲਾ ਤੂੰ, ਇਹਦੇ ਨਾਲ ਤਾਂ ਪੜ੍ਹਦੀ ਹੀ ਲਾ ਤੂੰ,
ਨਾ ਪੜ੍ਹੀ ਲਿਖੀ ਕਹਿੰਦੀ ਦੱਸਾਂ, ਤਲਾਕ ਪੜ੍ਹ ਕੇ ਦੱਸ ਦੇਵਾਂ ਕਿ ਪੜ੍ਹੀ ਲਿਖੀ ਆ। ਤਲਾਕ ਕਹਿੰਦੀ, ਤਲਾਕ ਆਪਣਿਆਂ ਨੂੰ ਦਵਾ, ਆਪਣੇ ਪਿਛਲਿਆਂ ਨੂੰ ਤਲਾਕ ਦਵਾ। ਤੂੰ ਕੌਣ ਹੁੰਦੀ ਆ ਮੈਨੂੰ ਤਲਾਕ ਦਵਾਉਣ ਵਾਲੀ, ਤੂੰ ਕੌਣ ਹੁੰਦੀ ਆ ਮੈਨੂੰ ਤਲਾਕ ਦਵਾਉਣ ਵਾਲੀ। ਇਹਦਾ ਬੇੜਾ ਗਰਕ ਜੇ, ਜੇ ਉਦੋਂ ਦੀ ਇਸ ਘਰ ਦੇ ਵਿੱਚ ਆਈ ਆ, ਇਹ ਘਰ ਹੀ ਤਬਾਹ ਕਰਕੇ ਰੱਖ ਦਿੱਤਾ ਤੂੰ। ਮੈਂ ਕਿਹੜਾ ਬੰਬ ਲਾ ਦਿੱਤਾ ਵਾ, ਮੈਂ ਕੀ ਕਰਤਾ, ਉਡਾ ਤਾ ਘਰ, ਮੈਂ ਤਬਾਹ ਕਰ ਦਿੱਤਾ। ਇਹ ਬੰਬ ਲਾ ਦੇ, ਇਹਦੇ ਨਾਲ ਤਾਂ ਬੰਬ ਲਾ ਦੇ, ਜਿੱਡੀ ਤੇਰੀ ਜ਼ੁਬਾਨ ਆ, ਇਹਦੇ ਨਾਲ ਤਾਂ ਕਿਤੇ ਬੰਬ ਲਾ ਦੇ, ਪਤਾ ਤਾਂ ਹੋਊਗਾ ਬੰਬ ਲੱਗਾ ਸੀ। ਹਾਂ, ਆ ਬੰਬ ਜਿੱਡੀ ਜ਼ੁਬਾਨ ਹੀ ਅੰਦਰ ਕਰ ਲਾ। ਨਾ ਤੁਹਾਨੂੰ ਨਾ ਕੋਈ ਰਿਸ਼ਤਾ ਨਹੀਂ ਸੀ ਦਿੰਦਾ, ਸ਼ੁਕਰ ਕਰੋ। ਕਿਉਂ ਨਹੀਂ ਸੀ ਦਿੰਦਾ? ਮੁੰਡੇ ਮੇਰੇ ਦੀ ਲੱਕੜ ਦੀ ਲੱਤ ਸੀ, ਵੀ ਮੁੰਡੇ ਮੇਰੇ ਦੀ ਲੱਕੜ ਦੀ ਲੱਤ ਸੀ, ਜਿਹੜਾ ਰਿਸ਼ਤਾ ਨਹੀਂ ਸੀ ਦਿੰਦੇ। ਕੋਈ ਮੇਰੇ ਮੁੰਡੇ ਨੂੰ ਰਿਸ਼ਤਾ ਨਾ ਦੇਵੇ, ਮੈਂ ਉਹਨੂੰ, ਅਸੀਂ ਆਪ ਨਾ ਉਹਨੂੰ ਮੂੰਹ ਲਾਈਏ। ਤੂੰ ਗੱਲਾਂ ਕਰ ਰਹੀ ਆ, ਬਹੁਤੀਆਂ ਬਹੁਤੀਆਂ ਗੱਲਾਂ। ਤੂੰ ਆਉਣਾ ਸੀ ਤੇ ਇਸ ਘਰ ਦਾ ਬੇੜਾ ਗਰਕ ਹੋਣਾ ਸੀ, ਇਸ ਘਰ ਦਾ ਬੇੜਾ ਗਰਕ ਹੋਣਾ ਸੀ, ਤੂੰ ਆਉਣਾ ਸੀ, ਤੂੰ ਨਾ ਆਉਂਦੀ। ਝੁੱਡੂ ਨੂੰ ਮੈਂ ਪੁੱਛਦੀ ਆ ਜਾਂ ਅੱਜ ਤੂੰ ਰਹੇਗੀ ਇਸ ਘਰ ਦੇ ਵਿੱਚ, ਜਾਂ ਮੈਂ ਰਵਾਂਗੀ। ਅੱਜ ਇੱਕ ਫੈਸਲਾ ਹੋ ਕੇ ਰਹੇਗਾ ਇਸ ਘਰ ਦੇ ਵਿੱਚ। ਮੰਜੀ ਚੋਰੀ ਕਰਾ ਦਿੱਤੀ ਆ ਤੇਰੀ, ਤੂੰ ਏਡੀ ਨੀਂਦ ਪੂਰੀ ਕਰਨੀ ਸੀ, ਕੀ ਤੂੰ ਕੀ ਪਿਸ਼ਾਵਰ ਟਰੱਕ ਲੈ ਕੇ ਜਾਣਾ ਸੀ? ਨੀਂਦ ਪੂਰੀ ਕਰ ਲਾ, ਕਿਸੇ ਦਰਖਤ ਨੂੰ ਜੱਫੀ ਨਾ ਪੈ ਜਾਵੇ। ਦੇ ਬੋਲਦੀ ਕਿੱਦਾਂ, ਜਦ ਬਰਤਨ ਪਏ ਸੀ ਤੇਰਾ ਹੱਕ ਨੀ ਸੀ ਬਣਦਾ, ਉਹ ਬਰਤਨ ਲਿਆ ਕੇ ਬਾਹਰ ਸਾਫ਼ ਕਰ ਦੇਵੇ। ਇਹਦੇ ਵਿੱਚ ਕਿਹੜਾ ਲੋਹੜਾ ਆ ਗਿਆ? ਤੈਨੂੰ ਬਰਤਨ ਦਾ ਹੀ ਕਿਹਾ, ਤੈਨੂੰ ਕਾਹਦਾ ਕਹਿ ਦਿੱਤਾ? ਆ ਦੇਖ, ਇੰਨਾ ਦਹੀਂ ਖਾਂਦੀ ਪੂਰਾ ਕੋਲਾ ਹੀ ਚੱਟ ਕਰ ਗਈ ਆ, ਕੀ ਅੰਦਰ ਪਰੋਣੇ ਬਿਠਾਏ ਆ? ਹਾਏ ਹਾਏ, ਆਪੇ ਨਾ ਮੇਰੀ ਖੁਰਾਕ ਲੈਂਦੀ ਆ, ਮੇਰੀ ਖੁਰਾਕ ਲੈਂਦੀ ਆ ਇਹ ਕੁੜੀ, ਮੇਰੀ ਖੁਰਾਕ ਲੈਂਦੀ ਆ। ਆ ਲਾਂਦੇ ਇਸ ਝੁੱਡੂ ਨੂੰ, ਅੱਜ ਜਾਂ ਤੂੰ ਘਰ 'ਚ ਰਹੇਗੀ ਜਾਂ ਮੈਂ ਰਵਾਂਗੀ, ਅੱਜ ਫੈਸਲਾ ਹੋ ਕੇ ਰਹੇਗਾ। ਮੈਂ ਤੇ ਕਹਿੰਦੀ ਲੀੜੇ ਬੰਨ ਲੈ ਤੇ ਤੂੰ ਹੀ ਚਲੀ ਜਾ ਇੱਥੋਂ ਮਗਰੋਂ ਲੱਥ। ਡੈਗ ਲੱਥਾ, ਜਗ੍ਹਾ ਮੇਰੀ ਆ, ਮੇਰੀ ਆ ਜਗ੍ਹਾ, ਤੇਰੇ ਪਿਓ ਨੇ ਨਹੀਂ ਸੀ ਦਿੱਤੀ, ਤੇਰੇ ਪਿਓ ਨੇ, ਤੇਰਾ ਤਾਂ ਪਿਓ ਆਪ ਕਿਰਾਏ ਤੇ ਰਹਿੰਦਾ, ਕਿਰਾਏ ਤੇ ਰਹਿੰਦਾ ਹੈ, 2600 ਰੁਪਇਆ ਕਿਰਾਇਆ ਦੇ ਨਹੀਂ ਹੋਇਆ, ਮਾਂ ਪਿਓ ਤੇਰੇ ਦਾ ਮੰਜਾ ਬਾਹਰ ਰੱਖ ਦਿੱਤਾ ਉਹਨਾਂ ਨੇ, ਉਦੋਂ ਤੇਰੀ ਗੈਰਤ ਕਿੱਥੇ ਗਈ ਸੀ? ਜੇ ਹੁਣ ਸੱਚੀਆਂ ਸੁਣਦੀ ਆ ਤੂੰ, ਹੈ ਸ਼ੁਕਰ ਕਰ, ਏਡੀ ਬੁੱਢੀ ਕੋਈ ਮੱਝ ਨਹੀਂ ਘਰ ਰੱਖਦਾ, ਤੈਨੂੰ ਅਸੀਂ ਰੱਖਿਆ ਹੋਇਆ। ਆਪਣੀ ਜ਼ਬਾਨ ਬੰਦ ਕਰਦਾ, ਮੈਂ ਤੈਨੂੰ ਕਹੀ ਜਾਂਦੀ ਆ, ਆਪਣੀ ਜ਼ਬਾਨ ਬੰਦ ਕਰਦਾ। ਮੱਝ ਹੋਏਗੀ ਤੇਰੀ ਮਾਂ, ਤੇਰੇ ਚੰਮਣ ਵਾਲੇ ਮੱਝ ਹੋਣਗੇ, ਮੈਂ ਤਾਂ ਮੱਝ ਹੋਵਾਂ? ਮੈਂ ਤਾਂ ਆਪਣੀ ਕਮਾਈ ਅੱਜ ਦੇ ਦਿਨ ਤੱਕ ਆਪਣੇ ਬੰਦੇ ਦੇ ਪੈਸੇ ਕਮਾਈ ਖਾਂਦੀ ਆ, ਤੇਰੇ ਬੰਦੇ ਨੇ ਖਾਂਦੀ ਆ। ਤੂੰ ਪਤਾ ਨੀ ਕਿੰਨੇ ਕੁ ਬੰਦਿਆਂ ਦੀ ਕਮਾਈ ਖਾ ਚੁੱਕੀ ਆ। ਹਾਂ ਹਾਂ, ਮੈਂ ਤਾਂ ਇਲਜ਼ਾਮ ਲਾਉਣ ਡਈ ਆ ਆਲਾ ਦੇ ਇਸ ਚੁੱਡੂ ਨੂੰ, ਮੈਂ ਚੁੱਡੂਆ ਤੇਰਾ ਬੇੜਾ ਕਰਕ ਜਾ, ਮੈਂ ਆਪ ਤੂੰ ਚਲ ਜਾਂਦਾ, ਇਹਨੂੰ ਸਿਆਪੇ ਨੂੰ ਮੇਰੀ ਖਾਤਰ ਮੇਰੀ ਮਿੰਦੇ ਛੱਡ ਜਾਂਦਾ, ਇਹਨੂੰ ਆਲਾ ਦੇ, ਹਾਏ ਇਹਨੂੰ ਆਲਾ ਦੇ, ਇਹਨੂੰ ਆਲਾ ਦੇ ਚੁੱਡੂ ਨੂੰ। ਮੈਂ ਰੋਟੀ ਨੀ ਖਾਧੀ 3 ਦਿਨ ਹੋ ਗਏ, 3 ਦਿਨ ਹੋ ਗਏ। ਨਾ 10 ਮਿੰਟ ਪਹਿਲੇ ਜਿਹੜੀਆਂ 17 ਰੋਟੀਆਂ ਖਾਧੀਆਂ ਉਹ ਕੀ ਸੀ? ਤੇ ਆਪਣੇ ਬੁੱਢੇ ਦੀ ਕਮਾਈ ਸੀ, ਮੈਂ ਤੇਰੇ ਮਾਂ ਪਿਓ ਦੀ ਕਮਾਈ ਖਾਧੀ ਆ, ਤੇ ਆਪਣੇ ਬੁੱਢੇ ਦੀ ਕਮਾਈ ਖਾਧੀ ਆ, ਜਿਲੀਆਂ ਮਰਜ਼ੀ ਖਾਵਾ, ਤੂੰ ਵੀ ਲੱਗਦੀ ਆ ਕਹਿਣ ਵਾਲੀ, ਆਪ ਤੂੰ ਅੰਦਰ ਬਾੜ ਬਾੜ
ਪਤਾ ਨਹੀਂ ਕੀ ਸਿਖਾ ਪੁਸੜ ਪੁਸੜ ਉਹਦੇ ਕੱਢ 'ਚ ਕਰਦੀ ਆ, ਕੀ ਸਿਖਾਉਂਦੀ ਆ ਤੂੰ? ਪੁੱਤ ਮੇਰਾ ਹੀ ਰਹਿਣਾ, ਪੁੱਤ ਮੇਰਾ ਹੀ ਰਹਿਣਾ, ਉਹ ਮੇਰਾ ਹੀ ਰਹਿਣਾ। ਆਹ ਦੇਖ ਪੰਜ ਬਰਿਆਨੀ ਦੀ ਪਲੇਟਾਂ ਖਾ ਕੇ ਤੇ ਆਹ ਕਿਉਂ ਜ਼ਾਇਆ ਕੀਤਾ? ਪੰਜ ਬਰਿਆਨੀ ਸੀ, ਤੂੰ ਆਪਣੀ ਖਾ ਮਾਂ ਦੀ ਕਸਮ, ਪੰਜ ਤਿੰਨ ਬਰਿਆਨੀਆਂ ਸੀ, ਪੰਜ ਹੋ ਗਈ ਆ, ਪੰਜ ਹੋ ਗਈ ਆ, ਹੈ ਤਿੰਨ ਪਲੇਟਾਂ। ਮੇਰੇ ਵਰਗੀ ਤਾਂ ਜਵਾਨ ਐਵੇਂ ਹੀ ਖਾ ਜਾਂਦੀ ਆ ਤਿੰਨ ਪਲੇਟਾਂ, ਗੱਲਾਂ ਕਰਨ ਡਈ ਆ ਨਾ। ਮੈਨੂੰ ਲੋਕ ਹੁਣ ਇਹ ਤਾਨੇ ਦਿੰਦੇ ਆ ਕਿ ਢਿੱਡ ਨੂੰ ਸੱਸ ਲੱਗੀ ਆ, ਸੱਸ ਨੂੰ ਢਿੱਡ ਨਹੀਂ। ਤੂੰ ਇਹਦਾ ਕਰ ਕੁਝੇ ਜ਼ਬਾਨ ਦਾ ਵਾ, ਤੂੰ ਜੁੱਤੀ ਪਾ, ਮੇਰੇ ਮੁੰਡੇ ਨੂੰ ਛੱਡ ਕੇ ਚਲ ਜਾ, ਮੇਰੇ ਮੁੰਡੇ ਨੂੰ ਛੱਡ ਕੇ ਚਲ ਜਾ, ਬਸ ਜਾ ਚਲ ਜਾ ਇਸ ਘਰ ਚ। ਨਾ ਮੈਂ ਕਿਉਂ ਛੱਡ ਕੇ ਜਾਵਾਂ, ਮੇਰਾ ਘਰ ਵਾ, ਉਮਰ ਤੇ ਤੇਰੀ ਆ ਜਾਣ ਦੀ, ਹੁਣ ਤੇਰੀ ਮਗਰੋਂ ਵੀ ਨਹੀਂ ਲੱਥਦੀ। ਮੈਂ ਕਿੱਥੇ ਜਾਵਾਂ? ਨਹੀਂ ਮੇਰਾ ਘਰ ਆ ਇਹ, ਮੈਂ ਕਿੱਥੇ ਜਾਵਾਂ, ਮੇਰਾ ਤਾਂ ਘਰ ਆ ਇਹ, ਗੱਲਾਂ ਕਰਨ ਡਈ ਆ ਬਹੁਤੀ ਆ ਤੂੰ। ਦੇਖ ਜਿੰਨਾ ਜੀਣਾ ਸੀ ਨਾ ਜੀ ਲਿਆ, ਹੁਣ ਲੱਥ ਜਾ ਮਗਰੋਂ ਸਾਡੇ। ਨਹੀਂ ਕਿੱਦਾਂ ਦਾ ਤੇਰਾ ਸਾਹਮਣ ਲਈਏ ਵਰਗਾ ਮੂੰਹ ਆ, ਨਹੀਂ ਨਹੀਂ ਤੂੰ ਮੇਰੇ ਮੁੰਡੇ ਨੂੰ ਤਵੀਜ਼ ਪਾ ਕੇ ਉਹਦਾ ਬੇੜਾ ਗਰਕ ਕਰ ਦਿੱਤਾ ਆ। ਇੰਨੇ ਤਵੀਜ਼ ਪਾਏ ਹੁੰਦੇ ਨਾ ਤੇ ਸਭ ਤੋਂ ਪਹਿਲੇ ਨਾ ਤੂੰ ਫੁੜਕਣਾ ਸੀ। ਨਹੀਂ ਫੁੜਕੇ ਤੇਰੇ ਤੇਰੇ ਜੇਲਾ ਨੇ ਤੈਨੂੰ ਜੰਬਿਆ ਆ, ਉਹ ਫੁੜਕਣ ਉਹ ਫੁੜਕਣ ਜੇਲਾ ਨੇ ਸਾਨੂੰ ਕਿਹਾ, ਕੁੜੀ ਬੜਾ ਆਦਮ ਕਰਦੀ ਆ, ਸਵੇਰੇ ਉੱਠ ਕੇ ਨਮਾਜ਼ ਪੜ੍ਹਦੀ, ਅੱਲਾ ਤੋਬਾ ਕਰਦੀ ਆ। ਇੱਕ ਵਾਰੀ ਅੱਲਾ ਤੋਬਾ ਨਹੀਂ ਕੀਤਾ ਤੂੰ, ਤੂੰ ਤਾਂ ਹਜ਼ਾਰ ਨਹੀਂ ਕਰਦੀ ਵੀ ਸਿਆੜਿਆ ਦਾ ਆਦਮ ਕੀ ਆ, ਅਤਰਾਮ ਕੀ ਆ ਸਿਆੜਿਆ ਦਾ? ਉਦੋਂ ਸਾਡੇ ਨਾਸ਼ਤੇ ਦਾ ਟਾਈਮ ਹੋਇਆ ਹੁੰਦਾ, ਉੱਧਰ ਟਿਕਟੋਕ ਬਣਾਉਣ ਲੱਗ ਪੈਂਦੀ ਆ, ਉੱਧਰ ਟਿਕਟੋਕ ਬਣਾਉਂਦੀ ਆ। ਤੇਰਾ ਮੂੰਹ ਹੈ ਟਿਕਟੋਕ 'ਚ ਆਉਣ ਵਾਲਾ? ਜਿਹੜੀਆਂ ਟਿਕਟੋਕ 'ਚ ਆਉਣੀਆਂ ਆ ਉਹਨਾਂ ਦੇ ਐਡੇ ਵਾਲ ਆ, ਐਡੇ ਵਾਲ ਆ ਜਿਹੜੀਆਂ ਟਿਕਟੋਕ 'ਚ ਆਉਣੀਆਂ, ਤੇਰੀ ਐਡੀ ਜ਼ੁਬਾਨ ਆ, ਫਿਰ ਤੂੰ ਟਿਕਟੋਕ 'ਚ ਕਿੱਥੋਂ ਆਉਣਾ? ਆ ਵੀ ਤੇ ਇੰਨੇ ਫੈਸ਼ਨ ਕਰਕੇ ਚਾਟੇ ਖਿਲਾਰ ਕੇ ਮੱਲੇ 'ਚ ਲੂਰ ਲੂਰ ਫਿਰਦੀ ਨੀ ਰੋਜ਼? ਨਾ ਫਿਰਾ ਨਾ, ਮੇਰਾ ਮੱਲਾ ਆ, ਜੰਪਲ ਮੇਰੀ ਇੱਥੇ ਦੀ ਆ, ਮੇਰੇ ਕਰਦਾਰ ਨੂੰ ਸਾਰੇ ਜਾਣਦੇ ਆ, ਸਾਰੇ ਜਾਣਦੇ ਆ। ਤੇਰੀ ਤੋਹਮਤ ਲਾਈ ਨਾ, ਇਹਨਾਂ ਨੇ ਮੰਨ ਨਹੀਂ ਜਾਣਾ, ਇਹਨਾਂ ਨੇ ਮੰਨ ਨਹੀਂ ਜਾਣਾ। ਮੈਂ ਜਾਣਦੀ ਆ ਤੇਰੇ ਕਰਦਾਰ ਨੂੰ, ਤੇਰਾ ਕਰਕੇ ਗੇਟ ਤੇ ਤਿੰਨ ਤਿੰਨ ਕੈਮਰੇ ਲਵਾਉਣੇ ਪਏ। ਹਾਏ ਮੈਂ ਮਰ ਗਈ, ਮੇਰੇ ਕਰਕੇ? ਮੈਂ ਗਲਤ ਆ, ਮੈਂ ਗਲਤ ਆ? ਆਲਾ ਦੇ ਉਸ ਚੁੱਡੂ ਨੂੰ, ਉਸ ਚੁੱਡੂ ਨੂੰ ਆਲਾ ਦੇ ਵੀ ਮੇਰੀ ਖਾਤਰ ਕੈਮਰੇ ਲਾਏ ਆ, ਮੇਰੀ ਖਾਤਰ। ਕਿਹੜਾ ਮੈਂ ਤਾਂ ਕੇਵਰ ਚੁੱਕਦੀ ਆ ਤੇਰਾ, ਕਿਹੜਾ ਇੱਥੇ ਮੈਂ ਤੇਰਾ ਨੁਕਸਾਨ ਕਰਦੀ ਆ, ਜਿਹੜਾ ਮੇਰੀ ਖਾਤਰ ਕੈਮਰੇ ਲਾਏ ਆ। ਆ ਬੇੜਾ ਗਰਕ ਜਾਏ, ਆ ਮੁੰਡਿਆ, ਆ ਮੁੰਡਿਆ। ਆਲਾ ਦੇ ਪਤਾ ਕੀ ਆ, ਮੈਂ ਮੇਰੀ ਮਾਂ ਦਾ ਸਾਰਾ ਜ਼ੇਵਰ ਵੇਚ ਕੇ ਤਵੀਜ਼ ਪਾਏ ਸੀ, ਹੁਣ ਤੇਰਾ ਕੋਈ ਜਿੰਨ ਹੀ ਨਹੀਂ ਮੰਨਿਆ। ਏਡੀ ਭਾਰੀ ਮਾਈ ਤਵੀਜ਼? ਅੱਛਾ, ਤੇ ਜਿਹੜੇ ਤਵੀਜ਼ ਪਾਏ ਆ ਤੂੰ ਪਾਏ ਆ? ਹੈ ਤਵੀਜ਼ ਤੂੰ ਪਾਏ ਆ? ਮੈਂ ਵੀ ਕਹਿੰਦੀ ਆ, ਮੈਨੂੰ ਨੀਂਦ ਕਿਉਂ ਨਹੀਂ ਆਉਂਦੀ? ਜਦੋਂ ਮੈਂ ਰਾਤ ਨੂੰ ਸੌਂਦੀ ਆ ਨਾ, ਮੇਰੀ ਮੰਜੀ ਘੁੰਮਦੀ ਆ, ਮੈਨੂੰ ਚੱਕਰ ਆਉਂਦੇ, ਚੱਕਰ ਉਹ ਚੱਕਰ ਆਉਂਦੇ ਜਿਹੜੇ ਤੂੰ ਲੁੱਕਣ ਦਿੱਤੇ ਆ। ਕਿਹੜੇ ਲੋਕਾਂ ਨੂੰ ਚੱਕਰ ਦਿੱਤੇ ਆ? ਹੈ ਚੱਕਰ ਤਾਂ ਤੁਸੀਂ ਦਿੱਤੇ ਆ, ਮਾਵਾਂ ਧੀਆਂ ਨੇ। ਹੈ ਤੇਰੀ ਮਾਂ ਕਹਿੰਦੀ ਸੀ ਇਹਨੂੰ ਲੈ ਜਾ ਕੁੜੀ ਮੇਰੀ, ਨਰਗਸ ਆ, ਨਰਗਸ ਆ। ਆ ਤੇਰਾ ਮੂੰਹ ਹੈ ਨਰਗਸ ਵਾਲਾ? ਹੈ ਉਹ ਫਿਲਮਾਂ 'ਚ ਕੰਮ ਕਰਦੀ ਹੈ, ਤੂੰ ਘਰਾਂ 'ਚ ਨਹੀਂ ਕਰਦੀ, ਤੂੰ ਏਡੀ ਬੇਅਦਬ ਆ, ਤੂੰ ਘਰ 'ਚ ਵੀ ਨਹੀਂ ਕੰਮ ਕਰਦੀ। ਗੱਲਾਂ ਕਰਨ ਰਹੀ ਆ ਇਸ ਚੁੱਡੂ ਨੂੰ ਆ, ਲੈ ਜਾ ਇਸ ਘਰ ਦੇ ਵਿੱਚ ਇਹ ਰਹੇਗਾ, ਠੀਕ ਹੈ, ਤੇ ਜਾ ਮੈਂ ਰਵਾਂਗੀ। ਅੱਜ ਇੱਕ ਕੰਮ ਹੋਣਾ, ਅੱਜ ਇੱਕ ਕੰਮ ਹੋਣਾ, ਆ ਲੈਂਦੇ ਫਿਰ ਅੱਜ ਉਹਨੂੰ, ਮੈਂ ਦੇਖ ਲੈਂਦੀ ਆ। ਮੇਰੇ ਸਿਰ ਨਾ ਚੜ, ਉਹ ਜੰਮਣ ਵਾਲੇ ਦੇ ਸਿਰ ਚੜ, ਜਿਹਨੇ ਤੈਨੂੰ ਜੰਮ ਕੇ ਸਾਡੇ ਤੇ ਪਾਤਾ, ਸਾਡੇ ਘਰ ਛੱਡ ਗਏ। ਜਦੋਂ ਦੀ ਡੈਡੇ ਤੂੰ ਆਈ ਆ, ਇਸ ਘਰ ਦੇ ਮੀਟਰ ਲੈ ਗਏ, ਇਸ ਘਰ ਦਾ ਰਿਹਾ ਕੱਖ ਨਹੀਂ, ਇਸ ਘਰ ਨੂੰ ਨਜ਼ਰ ਖਾ ਗਈ, ਤੇਰੀ ਨਜ਼ਰ ਖਾ ਗਈ।
ਹੈ ਬਾਹਰ ਬੱਕਰੀ ਬੰਨੀ ਸੀ ਉਹ ਵੀ ਚਲ ਗਈ, ਹੈ ਸਰਾਣੇ 'ਚ ਮੈਂ ਪੈਸੇ ਰੱਖੇ ਸੀ ਉਹ ਵੀ ਗਾਇਬ ਹੋ ਗਏ, ਜਦੋਂ ਦੀ ਤੂੰ ਆਈ ਹੈ ਤੂੰ ਤੇ ਘਰ ਹੀ ਲੁੱਟ ਲਿਆ ਇਸ ਘਰ ਦਾ ਬੇੜਾ ਗਰਕ ਕਰ ਦਿੱਤਾ। ਮੈਂ ਕੀ ਲੁੱਟਣਾ, ਜਿਨ੍ਹਾਂ ਦੇ ਪੈਸੇ ਦੇਣੇ ਸੀ ਉਹਨਾਂ ਨੇ ਬੱਕਰੀ ਲੈ ਕੇ ਜਾਣੇ ਸੀ, ਹੋਰ ਕੀ ਮੱਝ ਖੋਲ ਕੇ ਲੈ ਜਾਂਦੇ। ਮੱਝ ਪੈਸੇ ਕਿੰਨੇ ਦੇ ਦੇਣੇ ਸੀ? 1900 ਰੁਪਈਆ ਸੀ, ਹੈ 1900 ਤੱਕ ਦੇ ਬੱਕਰਾ ਲਿਜਾਂਦੇ ਖੋਲ ਕੇ। ਹਾਂ ਬੇੜਾ ਗਰਕ ਜਾਏ, ਬੇੜਾ ਗਰਕ ਗਿਆ ਇਸ ਘਰ ਦਾ। ਹਾਏ ਮੈਨੂੰ ਮਾਰ ਲੱਗੀ, ਵੇ ਚੁੱਡੂਆ ਮੈਨੂੰ ਮਾਰ ਲੱਗੀ ਆ, ਵੇ ਮੈਨੂੰ ਮਾਰ ਲੱਗੀ ਮਲਿਆਲਿਓ, ਆ ਜਾ ਮੈਨੂੰ ਮਾਰ ਲੱਗੀ ਆ, ਆ ਮੇਰਾ ਗਲਾ ਘੁੱਟ ਦਿੱਤਾ, ਆ ਮੇਰਾ ਗਲਾ ਘੁੱਟ ਦਿੱਤਾ, ਮੇਰਾ ਗਲਾ ਘੁੱਟ ਦਿੱਤਾ। ਪਹਿਲੇ ਦਿਨ ਹੀ ਆ ਕੇ ਸੰਗ ਘੁੱਟ ਦਿੰਦੀ ਨਾ ਤੇ ਇੰਜ ਦੀ ਸੱਸ ਨਾ ਲੱਭਦੀ। ਹਾਂ ਮਲਿਆਲਿਓ, ਮਲਿਆਲੇ ਸੁੱਤੇ ਆ, ਨਹੀਂ ਤਾਂ ਮੈਂ ਮਾਜ ਮਾਰਾ ਇੱਦਾਂ ਦੌੜ ਕੇ ਆਉਂਦੇ ਸਾਰੇ ਜਣੇ, ਇਹਨਾਂ ਨੂੰ ਉੱਠ ਲੈ ਦੇ, ਇਹਨਾਂ ਮੇਰੇ ਮੁਕੱਦਰ ਮਾਰੇ ਆ, ਸੁੱਤੇ ਆ ਮੈਨੂੰ ਚਾਹੀਦਾ 12:30 ਲੜਦੀ, ਮੈਂ ਟਾਈਮ ਗਲਤ ਲੜਾਈ ਦਾ ਰੱਖਿਆ। ਆ ਲੈਂਦੇ ਉਸ ਝੂਡੂ ਨੂੰ। ਉਹ ਸੁੱਤੇ, ਤੂੰ ਵੀ ਸੋਈ ਆ ਹਮੇਸ਼ਾ ਵਾਸਤੇ ਕਿਤੇ। ਮੈਂ ਸੋ ਜਾਵਾਂ? ਜਾ ਮਗਰ ਲੱਤ, ਫਿਰ ਮੈਨੂੰ ਲੜਾਈ ਦਾ ਟਾਈਮ ਠਾਲ ਲਵੇ, ਫਿਰ ਮੇਰੀ ਅੱਖ ਲੱਗੀ ਹੋਵੇ ਤਾਂ ਤੂੰ ਬਹੁਤਾ ਲੜ ਲਵੇ, ਨਾ ਜੀ ਮੈਂ ਨਿਬੜਨਾ ਆ, ਨਿਬੜਨਾ ਬਿਸਤਰਾ ਕੀਤਾ ਮੇਰਾ। ਤੂੰ ਮੇਰੀ ਪੀਰ ਆ, ਤੇਰਾ ਬਿਸਤਰਾ ਖਰਾ, ਮੇਰਾ ਤੇ ਦਿਲ ਕਹਿੰਦਾ ਕਬਰ ਸੀ ਤੇਰਾ ਬਿਸਤਰ ਖਰਾ ਮੈਂ। ਹਾਏ ਹਾਏ, ਓਕੇ ਓਕੇ ਸਹਿਨ, ਮੈਂ ਆ ਰਿਹਾ ਤੇਰਾ, ਮੈਂ ਚੀਜ਼ਾਂ ਘਰ ਫੜਾ ਦਵਾਂ। ਹੈ ਓਕੇ ਓਕੇ ਹਾਏ ਹਾਏ ਹਾਏ, ਆ ਗਿਆ ਹਾਏ ਅਬੀਰਾ, ਅਬੀਰਾ ਆਇਆ ਤੇਰਾ ਸ਼ਾਹਕੋਟ ਵਾਲਾ ਅਬੀਰਾ, ਮਿਲ ਲਾ ਇਹਨੂੰ। ਅੰਮੀ ਕੀ ਕਹਿ ਰਹੇ ਨੇ? ਤੁਹਾਡੀ ਮਾਂ ਦਾ ਰੰਡੇ ਨੂੰ ਸੁਭਾ ਦਾ ਨੀ ਮੁੱਕਣ ਦਿਆ। ਮੈਨੂੰ ਕਹੀ ਜਾਂਦੀ ਆ, ਮੈਨੂੰ ਰੰਡੀ ਕਹੀ ਜਾਂਦੀ ਆ, ਤੇਰਾ ਪਿਓ ਮਰਿਆ ਕਦੋਂ ਤੇ ਤਲਾਕ ਦਿੱਤੀ ਆ, ਉਹਦਾ ਦੁਨੀਆ ਤੇ ਜੀਂਦਾ ਆ। ਮਾਂ ਜੀ ਗੱਲ ਹੋਰ ਕਹਿ ਰਹੀ, ਰੰਡੀ ਰੋਣਾ ਦੱਸੇ ਮਿੰਟ। ਅਬੀਰਾ ਇਸ ਤਰ੍ਹਾਂ ਦੀ ਗੁਫਤਗੂ ਨਾ ਕਰਿਆ ਕਰ, ਇਹ ਫੜੋ ਜ਼ਰਾ, ਇਹ ਟਰਾਲੀ ਮੈਂ ਲੈ ਕੇ ਆਇਆ ਪਾਸਤਾ। ਆਹ ਤੇ ਵੀਰਾ ਖਾਈ ਜ਼ਰਾ ਆਸਤਾ, ਉਹ ਤਾਂ ਮੇਰਾ ਵੀ ਇੰਨੇ ਲੰਘੇ ਮਿਲੇ ਵੀ ਰੱਖ। ਅੱਬੀ ਜੀ ਤੁਸੀਂ ਕੀ ਕਰਦੇ ਹੋ, ਮੈਂ ਤੁਹਾਨੂੰ ਹੋਰ ਲਿਆ ਦੇਣਾ, ਉਹਨੂੰ ਅਬੀਰਾ ਨੂੰ ਖਾਣ ਦਿਓ। ਆਹ ਤੇ ਉਹ ਮੈਂ ਖਾ ਲੈਂਦੀ ਹਾਂ ਨਾ, ਇਹਨੇ ਮੂੰਹ 'ਚ ਹਵਾ ਭਰਾ ਲਿਆਉਂਦੀ ਹੈ, ਐਂ ਕਰਕੇ ਫਿਰੀ ਜਾਊਗੀ। ਓਏ ਹੋਏ ਅੰਮੀ, ਮਾਂ ਇਹਨੂੰ ਪਾਸਤਾ ਲਿਆ ਤਾ ਆ, ਮਾਂ ਨੂੰ 9 ਦਿਨ ਹੋ ਗਏ ਖੰਘ ਲੱਗੀ ਸੀ, ਖਾਂਸੀ, ਉਹ ਨਾਲ ਸੀਰਫ ਨਾ ਲਿਆ ਕੇ ਦਿੱਤਾ, ਅਖੀਰ ਰੱਖ ਕੇ ਖਾਂਸੀ ਨੇ ਸ਼ਰਮਿੰਦਾ ਹੋ ਕੇ ਮੈਨੂੰ ਛੱਡ ਕੇ ਚਲ ਗਈ। ਹੈ ਖਾਂਸੀ ਨੇ ਇਤਰਾਜ਼ ਕੀਤਾ ਮੇਰੇ ਖਾਬ 'ਚ ਆ ਕੇ, ਵੀ ਤੂੰ ਤੇ ਏਡੀ ਨਹਿਸ਼ ਆ, ਤੇਰੇ ਘਰੋਂ ਇੰਨਾ ਕੁ ਸੀਰਫ ਜਿਹੜਾ ਨਾ ਨਸੀਬ ਨਹੀਂ ਹੋਇਆ। ਅਸਲ 'ਚ ਮਾਂ ਜੀ ਤੁਹਾਡਾ ਸ਼ੀਸ਼ ਨਾ ਗੁਜ਼ਾਰਾ ਨਹੀਂ ਹੋਣਾ, ਤੁਹਾਡਾ ਜੁੱਸਾ ਜਿਹੜਾ ਨਾ ਥਰਮੋਸਟ ਹੈ। ਖਾਂਸੀ ਨੇ ਇਤਰਾਜ਼ ਨਹੀਂ ਸੀ ਕਰਨਾ, ਉਹਨੂੰ ਖਗਾਰ ਨੇ ਮੇਰਾ ਮਾਰਿਆ ਸੀ, ਤੇਰੇ ਘਰੋਂ ਤੇ ਜਿੱਥੇ ਤੂੰ ਗਈ ਸੀ ਉੱਥੇ ਤੇ ਤੈਨੂੰ ਸ਼ੀਰਫ ਨਾ ਮਿਲਿਆ, ਉਹਨੂੰ ਵੀ ਪਤਾ ਮੇਰੀ ਔਲਾਦ ਨਾ ਮੁਰਾਦ ਆ, ਮੇਰੀ ਔਲਾਦ ਨਾ ਮੁਰਾਦ ਆ। ਆ ਬੇੜਾ ਗਰਕ ਜਾਏ ਇਸ ਚੜੇਲ ਦਾ, ਇਹ ਚੜੇਲ ਛਾਪਰ ਲਈ ਜਾਂਦੀ ਆ, ਅੰਦਰ ਲੈ ਜਾਂਦੀ ਆ, ਫੜਦੀ ਆ ਛਾਪਰ ਅੰਦਰ ਲੈ ਜਾਂਦੀ ਆ। ਵੀਰਾ ਕੀ ਗੱਲ ਹੈ, ਕਿਉਂ ਅੰਮੀ ਇੰਨੀ ਤਪੇ ਹੋਏ? ਆਏ ਕੀ ਮਸਲਾ ਕੀ ਹੈ? ਆਏ ਬਸ ਘਰ ਛੱਡ ਜਾਣਾ, ਹੁਣ ਮੈਂ ਘਰ ਛੱਡ ਦੇਣਾ। ਗੇਟ ਖੋਲ ਦੇਵਾਂ ਫਿਰ? ਬੇ ਬਕਵਾਸ ਬੰਦ ਕਰ, ਗੇਟ ਖੋਲ ਦੇਣਾ ਆ, ਮੈਂ ਨਾਲ ਤੂੰ ਚਲੇ ਜਾ ਰਹੇ ਆ, ਵੀ ਮੈਂ ਨਾਲ ਤੂੰ ਚਲੇ ਜਾ ਰਹੇ ਆ।
ਅੱਛਾ ਅਬੀਰਾ ਤੂੰ ਅੰਦਰ ਜਾ ਕੇ ਜ਼ਰਾ ਖਾ ਜ਼ਰਾ ਤੇ ਮੈਂ ਜ਼ਰਾ ਅੰਮੀ ਕੋਲ ਬਹਿ ਜਾਂਦਾ। ਹੋਰ ਕਿੰਨਾ ਦੱਸਿਆ ਆਪਾਂ ਨੇ ਮੁਗੜਾ ਨੇ ਸਾਰੀ ਜ਼ਿੰਦਗੀ, ਮੈਂ ਅੰਦਰ ਜਾ ਕੇ ਖਾਂਦੀ ਦੇਖੋ ਜ਼ਰਾ ਇੱਥੇ ਖਾ ਲਾ ਖਾ ਇੱਥੇ ਖਾ ਲਾ ਕੀ ਗੱਲ ਨਾ, ਇੱਥੇ ਲੋਕਾਂ ਦੀ ਨਜ਼ਰ ਹੀ ਬਹੁਤ ਗੰਦੀ ਆ। ਮੈਂ ਤੇ ਨਜ਼ਰ ਤੇ ਥੋੜੇ ਜਿਹਾ ਕੱਢਦੀ ਨਾ ਫਿਰ ਨਜ਼ਰ ਨਹੀਂ ਲੱਗਦੀ ਇੰਨਾ ਕੁ ਮਿਲਦੇ ਦੇ ਮੇਰੀ ਦਿੰਦੀ ਜੁੱਤੀ। ਵੀਰਾ ਇਹ ਕੀ ਕਹਿ ਰਹੀ ਹੈ ਤੂੰ ਅੰਮੀ ਨੂੰ ਕਹਿ ਰਹੀ ਹੈ? ਤੁਸੀਂ ਨਾ ਚੁੱਪ ਕਰਕੇ ਮਾਂ ਦੇ ਨਾਲ ਬਵੋ। ਹਾਏ ਇਸ ਚੜੇਲ ਨੂੰ ਰੱਖ ਲੈ ਘਰ ਦੇ ਵਿੱਚ, ਇਹਨੇ ਬੇੜਾ ਕਰ ਕੀਤਾ ਇਸ ਚੜੇਲ ਨੇ। ਮਾਂ ਜੀ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ, ਮੈਨੂੰ ਦੱਸੋ ਮਸਲਾ ਕੀ ਹੈ? ਮਸਲਾ ਇਹ ਆ ਪੁੱਤ ਇਹਨੂੰ ਤਲਾਕ ਦੇ ਦੇ। ਮਾਂ ਜੀ ਕੀ ਇਹ ਨਸ਼ਾ, ਇਹ ਨਸ਼ਾ ਤੈਨੂੰ ਪਤਾ ਜਦੋਂ ਆਈ ਘਰ 'ਚ ਵਿਆਹੀ ਮੀਟਰ ਲਾ ਲਗਾ। ਉਹ ਤਾਂ ਮਾਂ ਜੀ ਮਿਲਣੀ ਸੀ ਭਰਾਇਆ ਤਾਂ ਲੱਥਾ ਤੇ ਮੀਟਰ ਇਸੇ ਵਜ੍ਹਾ ਤੋਂ ਸੀ। ਇੱਥੇ ਪਾ ਇੱਥੇ ਪਾ, ਬੱਕਰਾ ਚੋਰੀ ਹੋਇਆ ਸਾਡਾ ਹੋਇਆ, ਇਹ ਵੀ ਉਹ ਵੀ ਇੱਥੇ ਪਾ ਇੱਥੇ ਪਾ, ਮੇਰੇ ਸਰਾਣੇ ਦੇ ਵਿੱਚੋਂ ਕੱਢਿਆ 700 ਰੁਪਇਆ ਮੈਂ ਕੱਢਿਆ ਕਿ ਨਹੀਂ? ਮਾਂ ਜੀ ਉਹ ਵੀ ਇੱਥੇ ਪਾ, ਉਹ ਵੀ ਇੱਥੇ ਪਾ, ਇੱਥੇ ਪਾ। ਅੱਛਾ ਆ ਤੇਰੇ ਮਾਂ ਕਹਿੰਦੀ ਆ ਪਾ ਇੱਥੇ, ਇਹਨੇ ਬੇੜਾ ਕਰ ਕਰਤਾ। ਇਹ ਕੁੜੀ ਨਹੀਂ ਇਹ ਚੜੇਲ ਆ, ਇਹਨੇ ਮੇਰੀਆਂ ਦਵਾਈਆਂ ਅੱਧੀ ਕੀਮਤ ਤੇ ਵੇਚ ਆਈ। ਵਾਹ ਮਾਂ ਜੀ ਗੱਲ ਤੇ ਪੂਰੀ ਸੁਣ ਲਓ, ਤੁਸੀਂ ਰੌਲੀ ਪਾਈ ਜਾਂਦੇ ਕੀ ਹੋਇਆ ਕੀ ਆ? ਮਾਂ ਜੀ ਜਿਹੜੀ ਇਹਨਾਂ ਦੀ ਲਾਹੌਰ ਵਾਲੀ ਪ੍ਰਾਪਰਟੀ ਨਹੀਂ ਸੀ ਉਹ ਜਿਹੜੀ 3 ਕਰੋੜ ਦੀ ਸੀ, ਆਇਸਤਾ ਜਿਹੜੀ 3 ਕਰੋੜ ਦੀ ਸੀ ਉਹੀ। ਹਾਂ ਉਹੀ ਮਾਂ ਜੀ ਹੋਇਆ ਹੋਇਆ ਕੁਛ ਨਹੀਂ, ਉਹਦੇ ਚੋਂ 1.5 ਕਰੋੜ ਆ ਗਿਆ ਮੇਰੇ ਹਿੱਸੇ। ਤੇਰੇ ਹਿੱਸੇ 1.5 ਕਰੋੜ? ਇਹ ਤੁਸੀਂ ਫਿਕਰ ਨਹੀਂ ਕਰਨੀ, ਮੈਂ ਤੁਹਾਨੂੰ ਕਾਂਟੇ ਬਣਾ ਕੇ ਦਊਂਗਾ, 4 ਕੜੇ 2 ਇੱਧਰ ਤੇ 2 ਇੱਧਰ। ਜਿਉਂਦਾ ਰਹਿ ਪੁੱਤ ਜਿਉਂਦਾ ਰਹਿ, ਪੁੱਤ ਹੋਵੇ ਤੇ ਇੱਦਾਂ ਨਾ ਹੋਵੇ। ਮੈਂ ਪੁੱਤ ਤੈਨੂੰ ਐਵੇਂ ਨਹੀਂ ਪਾਲਿਆ, ਮੈਨੂੰ ਪਤਾ ਸੀ ਇੱਕ ਦੌਰ ਆਉਣਾ ਮੇਰੇ ਪੁੱਤ ਨੇ ਮੈਨੂੰ ਸੋਨੇ ਦੇ ਵਿੱਚ ਰੰਗਣਾ। ਮਾਂ ਜੀ ਤੁਹਾਨੂੰ ਮੈਂ ਗੱਡੀ ਵੀ ਲੈ ਦੇਣੀ ਆ। ਅੱਛਾ ਨਾਲ ਡਰਾਈਵਰ ਰੱਖ ਦੇਣਾ। ਅੱਛਾ ਜਦੋਂ ਦਿਲ ਕੀਤਾ ਡਰਾਈਵਰ ਨਾਲ ਨਿਕਲ ਗਏ। ਲੈ ਨਿਕਲ ਜਾਏ, ਮੈਂ ਇਸ ਉਮਰੇ ਹੁਣ ਨਿਕਲਦੀ ਚੰਗੀ ਲੱਗਦੀ ਆ, ਹੁਣ ਟਾਈਮ ਲੰਘ ਗਿਆ ਆ। ਇਹ ਗੱਲ ਤੂੰ ਕਿਤੇ 15 ਸਾਲ ਪਹਿਲਾਂ ਕੀਤੀ ਹੁੰਦੀ ਤੇ ਸ਼ਾਇਦ ਪੁੱਤ ਮੈਂ ਕੋਈ ਹੱਥ ਪੱਲਾ ਮਾਰ ਲੈ। ਉਹ ਮਾਂ ਜੀ ਮੈਂ ਇਹ ਨਹੀਂ ਕਹਿ ਰਿਹਾ ਵੀ ਨਿਕਲ ਗਿਆ, ਮੇਰਾ ਮਰਾਦ ਕਿ ਆਊਟਿੰਗ ਕਰੋ। ਹਾਂ ਵੀ ਜਰਾ ਫਿਰ ਤੁਰ ਕੇ ਆ ਜਾਂਦਾ ਬਾਹਰ, ਤੁਹਾਡਾ ਮੈਂ ਏਟੀਐਮ ਕਾਰਡ ਬਣਾ ਦੇਣਾ। ਉਹ ਕਿਉਂ ਨਾ ਪੁੱਟ ਏਟੀਐਮ ਕਾਰਡ? ਉਹ ਮਾਂ ਜੀ ਹੋਏ ਹੋਏ ਅਕਸਰ ਵੀ ਉਹ ਏਟੀਐਮ ਬੈਂਕ 'ਚ ਤੇ ਬਾਹਰ ਬਾਕਸ 'ਚ ਲਾ ਕੇ ਐਂ ਕਰਕੇ ਤੇ ਪੈਸੇ ਕਢਾਉਂਦੇ। ਅੱਛਾ ਅੱਛਾ ਅੱਛਾ, ਮੈਂ ਤੁਹਾਨੂੰ ਲੈ ਦੇਣਾ। ਉਹ ਪੁੱਤ ਡਾਕਖਾਨੇ ਜੋ ਪੈਸੇ ਕਾਰਡ ਚ ਲਾਉਣਾ ਬੇਟੀਆਂ? ਹਾਂ ਜੀ ਨਹੀਂ ਬੈਂਕ ਦੇ ਬਾਹਰ ਬਾਕਸ ਬਣਾ। ਅੱਛਾ ਬੈਂਕ ਦੇ ਬਾਹਰ ਤੇ ਲਿਖਉਂਦਾ ਏਟੀਐਮ। ਹਾਂ ਤੇ ਹੁਣ ਪੁੱਤ ਤੇ 1.5 ਕਰੋੜ ਤੇਰੇ ਹਿੱਸੇ ਆ ਗਏ, ਮੇਰੇ ਹਿੱਸੇ ਆ ਗਏ। ਅੱਛਾ ਤੇ ਗੱਲ ਸੁਣੋ, ਤੁਹਾਨੂੰ ਵਧੀਆ ਮਸੂਟ ਲੈਣੇ, ਦੱਸ ਜੁੱਤੀਆਂ ਕਿੰਨੀਆਂ ਲੈਣੀਆਂ ਤੁਸੀਂ? ਜੁੱਤੀਆਂ ਪੁੱਤ ਜਿੰਨਾ ਨਾ ਬਾਂਦਰ ਕਿਲਾ ਖੇਡ ਹੋ ਜੂ ਵੀ, ਇੱਕ ਅੱਧੀ ਜੁੱਤੀ ਪੁੱਤ ਮੈਂ ਲੈਣੀ ਹੈ, ਮੈਂ ਨਹੀਂ ਜੁੱਤੀਆਂ ਕਿਹੜੀਆਂ ਅੱਲਾ ਮੈਂ ਫਟੋਕਨ ਲਾਉਣੇ ਆ। ਨਹੀਂ ਮਾਂ ਜੀ ਪਤਾ ਮੈਂ ਕਹਿੰਦਾ ਹਰ ਸੂਟ ਦੇ ਨਾਲ ਜੁੱਤੀ ਵੀ ਲੈਦਾ। ਹਾਂ 5 ਸੂਟ ਲੈ ਦੇ ਮੈਨੂੰ। ਨਹੀਂ ਮੈਂ ਤੁਹਾਨੂੰ 10 ਲੈ ਕੇ ਦੇਣੇ। ਹੈ 10 ਲੈ 10 ਤੇਰੇ ਕਮਰੇ ਚ ਮੈਂ ਏਸੀ ਲਵਾ ਦੇਣਾ, ਤੈਨੂੰ ਮੈਂ ਠੰਡ ਪਾ ਦੇਣੀ। ਤੇਰਾ ਪਿਓ ਯਾਦ ਆ ਗਿਆ ਮੈਨੂੰ, ਹਾਂ ਠੰਡ ਉਹ ਪਾਉਂਦਾ ਹੁੰਦਾ ਸੀ। ਉਹ ਕਿੱਦਾਂ ਠੰਡ? ਜਦੋਂ ਮੈਂ ਸੁੱਤੀ ਹੋਣਾ ਨਾ ਉਹਨੇ ਚੱਲ ਮਾਰੇ ਪਰਸੀਨਾ ਆਉਣ ਹੀ ਨਹੀਂ ਸੀ ਦਿੰਦਾ ਹੁੰਦਾ। ਅੱਛਾ ਅੱਛਾ ਅੱਛਾ, ਆ ਬੜਾ ਪੁੱਤ ਮੇਰਾ ਪਿਆਰ ਹੁੰਦਾ ਸੀ ਉਹਦੇ ਨਾਲ। ਤੇ ਬਾਕੀ ਇਹ ਆ ਪੁੱਤ, ਵਾਕਿਆ ਗੱਲ ਹੋ ਗਈ ਹੁਣ ਮਕਾਨ ਦੀ? ਮਾਂ ਜੀ ਗੱਲ ਪੱਕੀ ਹੋ ਗਈ ਹੈ, ਮੈਂ ਤੁਹਾਨੂੰ ਇਸੇ ਲਈ ਕਹਿੰਦਾ ਇਹਦੇ ਨਾਲ ਬਣਾ ਕੇ ਰੱਖੋ। ਇਹਨਾਂ ਮੈਂ ਬਣਾ ਲਈ ਹੈ, ਇਹਨਾਂ ਮੈਂ ਇਹ ਮੇਰੇ ਤੋਂ ਗਰਮ ਪਾਣੀ ਪਾ ਰਹੇ ਮੈਂ ਹੱਸੀ ਆਇਆ ਕਰ। ਹਾਂ ਇਹ ਮੇਰੇ ਪੈਰ ਤੇ ਪੈਰ ਤੇ ਰੱਖ ਲਓ, ਮੈਂ ਚੀਕ ਨਹੀਂ ਮਾਰਨੀ। ਨਹੀਂ ਮੈਂ ਮਾਰਨੀ ਨਹੀਂ ਮਾਂ ਜੀ, ਤੁਹਾਡੀ ਪੈਰ ਆਪਣਾ ਚਲਾ ਲੈਣਾ, ਨਹੁੰ ਲਵਾ ਲੈਣਾ, ਮੈਂ ਚੀਕ ਨਹੀਂ ਮਾਰਨੀ। ਮਾਂ ਜੀ ਪਤਾ ਕਿਉਂ ਤੁਹਾਡੀ ਚੀਕ ਬਣਦੀ ਵੀ ਨਹੀਂ ਹੈ? ਮਾਂ ਜੀ ਇਹਨੂੰ ਆਪਣੇ ਹੱਥਾਂ 'ਚ ਕਰੋ। ਮੈਂ ਹਾਂ ਇਹਨੂੰ ਮਾਥਾ 'ਚ ਫੜ ਲਓ, ਹੁਣ ਮੈਂ ਚੜਣਾ ਨਹੀਂ। ਨਹੀਂ ਉੱਦਾਂ ਨਹੀਂ, ਮੈਂ ਕਹਿ ਰਿਹਾ ਹਾਂ ਇਹਨੂੰ ਪਿਆਰ ਕਰੋ ਜ਼ਰਾ। ਪਿਆਰ ਹੀ ਕਰਨਾ ਮੈਂ, ਹੋਰ ਇਹਨੂੰ ਬੁੱਤ ਕੀ ਕਰਨਾ ਹੈ? ਤੁਹਾਡੇ ਗੀਤ ਗਾਉਂਦੀ ਫਿਰੇ,
ਨਹੀਂ ਮੇਰੀ ਗੀਤ ਗਾਏਗੀ ਅੱਜ ਤੋਂ ਬਾਅਦ ਦੇਖ ਲੈਣਾ ਤੂੰ। ਮੈਂ ਪੁੱਤ ਮੇਰੇ ਲਈ ਰੱਖਿਆ ਯਾਦ ਨਹੀਂ ਰਿਹਾ ਮੈਨੂੰ। ਅੱਛਾ ਅੱਛਾ ਅੱਛਾ, ਨੂੰਹ ਮੇਰੀ ਬਹੁਤ ਸੋਹਣੀ ਆ, ਬਹੁਤ ਮਾਸ਼ਾਅੱਲਾ ਖੂਬਸੂਰਤ ਆ ਮੇਰੀ ਨੂੰਹ, ਲੇਕਿਨ ਇਹ ਆ ਵੀ ਭੁੱਖੀ ਆ, ਸ਼ੋਦੀ ਬਹੁਤ ਆ। ਮਾਂ ਜੀ ਮੈਂ ਉੱਦਾਂ ਗੱਲ ਕਰਦੀ ਆ। ਮਾਂ ਜੀ ਇੱਦਾਂ ਨਾ ਕਿਹਾ। ਮੈਂ ਆਪਣੀ ਨੂੰਹ ਨੂੰ ਪੁੱਤ ਗੱਲ ਸੁਣ, ਮੇਰੀ ਨੂੰਹ ਵਰਗੀ ਆ ਪੂਰੇ ਇਲਾਕੇ ਦੇ ਵਿੱਚ ਜਾ ਕੇ ਵੇਖ ਲੈ, ਮੇਰੀ ਨੂੰਹ ਵਰਗੀ ਇੱਕ ਵੀ ਕੁੜੀ ਨਹੀਂ ਹੈਗੀ। ਆਹ ਜਿਹੜੇ ਹੱਥ ਆ ਹੱਥ ਵੇਖੇ ਆ, ਤੂੰ ਦੇਖੀ ਹੁਣੀ ਫਿਲਮ ਟਾਈਟੈਨਿਕ, ਕੁੜੀ ਵੇਖੀ ਆ ਉਹਦੇ ਨਾਲ, ਸੋਹਣੇ ਹੱਥ ਆ ਮੇਰੀ ਧੀ ਦੇ, ਸੋਹਣੇ ਹੱਥ ਆ। ਪਰਸੋਂ ਦੀ ਗੱਲ ਆ, ਦਰਵਾਜ਼ੇ 'ਚ ਖਲੋਤੀ ਐ ਕਰਕੇ, ਪੁੱਤ ਤੇ ਨਾਲ ਦੀ ਨਹੀਂ ਹੈਗੀ ਸੁੱਗੀ ਸੁੱਗੀ ਸੁੱਗੀ, ਇਹਨੂੰ ਨਾ ਅੱਖਾਂ ਪਾੜ ਪਾੜ ਕੇ ਵੇਖੇ, ਤੇ ਮੈਂ ਹਰਾ ਫੌਰੀ ਇਹਨੂੰ ਅੰਦਰ ਲੈ ਕੇ ਆਈ। ਮੈਂ ਕਿਹਾ ਪੁੱਤ ਅੰਦਰ ਚੱਲ ਜਾ, ਮੈਨੂੰ ਪਤਾ ਇਹਨੂੰ ਉਹ ਨਜ਼ਰ ਲੱਗ ਜਾਂਦੀ, ਇਹਨੂੰ ਬਹੁਤ ਜਲਦੀ ਨਜ਼ਰ ਲੱਗਦੀ। ਸਹੀ ਕੀਤਾ। ਮੈਂ ਇਹਨੂੰ ਅੰਦਰ ਲੈ ਕੇ ਆ ਕੇ ਤੇ ਪੱਖੇ ਥੱਲੇ ਸੌਂ ਗਈ। ਮੈਂ ਪੁੱਤ ਉੱਥੋਂ 8 ਮਿਰਚਾਂ ਲਈਆਂ, ਮਿਰਚਾਂ ਲੈ ਕੇ ਉੱਤੋਂ ਵਾਰ ਕੇ ਨਾ ਹਾਂਡੀ 'ਚ ਪਾ ਲਈ, ਹਾਂਡੀ 'ਚ ਨਹੀਂ ਪਾਈਆਂ, ਮਿਰਚਾਂ ਲੈ ਕੇ ਵਾਰ ਕੇ ਤੇ ਮੈਂ ਬਾਹਰ ਸਿੱਟ ਕੇ ਆਈ। ਅੱਛਾ ਹਾਂ, ਚੰਗਾ ਕੀਤਾ ਮਾਈ, ਤੁਹਾਡੀ ਨੂੰਹ ਆ, ਇਹਦਾ ਖਿਆਲ ਤੁਸੀਂ ਰੱਖਣਾ ਵਾ। ਉਸ ਤੋਂ ਬਾਅਦ ਸੁੱਗੀ ਤੋਂ ਬਾਅਦ ਆਹ ਕੁੜੀ ਨਹੀਂ ਹੈਗੀ ਆ ਖਤੀਜਾ ਦੀ ਮਾਂ, ਉਹ ਇੱਕ ਦਿਨ ਆ ਗਈ ਤੇ ਇਹ ਬੈਠੀ ਸੀਗੀ, ਹੈ ਸੁਰਖੀ ਲਾ ਕੇ ਤੇ ਬੈਠੀ। ਉਹ ਖਤੀਜਾ ਦੀ ਮਾਂ ਨੇ ਇਹਨੂੰ ਕਿਤੇ ਗੌਰ ਨਾਲ ਵੇਖ ਲਿਆ, ਜਦ ਵੇਖਿਆ ਨਾ ਪੁੱਤ, ਮੈਂ ਕਿਹਾ ਵੀ ਨਜ਼ਰ ਇਹਨੂੰ ਖਾ ਜਾਏਗੀ। ਮੈਂ ਫਿਰ ਕਿਲੋ ਗੋਸ਼ਤ ਲਿਆ ਕੇ ਆਈ, ਉਹਦੇ ਆਲੂ ਪਾ ਲਏ, ਆਲੂ ਕਿੱਥੇ ਪਾ ਲਏ ਆ, ਬਕਵਾਸ ਕਰੀ ਜਾਣ ਡਿਆ ਆ। ਉਹਦੇ ਵਿੱਚ ਪੁੱਤ ਇਹ ਆ 3 ਪਾ ਮੈਂ ਰੱਖ ਲਿਆ ਤੇ ਪਾਈਆ ਇਹਦੇ ਉੱਤੋਂ ਵਾਰ ਕੇ ਨਾ, ਤੇ ਮੈਂ ਬਾਹਰ ਗਲੀ 'ਚ ਸਿੱਟ ਦਿੱਤਾ, ਇਸ ਵਾਸਤੇ ਮੇਰੀ ਧੀ ਨੂੰ ਨਜ਼ਰ ਨਾ ਲੱਗੇ, ਇਹਨੂੰ ਨਜ਼ਰ ਬਹੁਤ ਜਲਦੀ ਖਾ ਜਾਂਦੀ ਪੁੱਤ। ਚੰਗਾ ਕੀਤਾ ਮਾਂ ਜੀ, ਹਾਂ ਕਿਉਂਕਿ ਇਹਦੇ ਨਾਲ ਹੀ ਬਾਹਰ ਆ, ਇਹਦੇ ਨਾਲ ਹੀ ਆ। ਮੈਂ ਆਪਣੀ ਧੀ ਨੂੰ ਕਦੀ ਇਕੱਲਿਆ ਬਾਹਰ ਨਾ ਨਿਕਲਣ ਦੇਵਾਂ। ਪੁੱਤ ਜਦੋਂ ਬਾਹਰ ਜਾਵੇ ਨਾ ਤੇ ਕਾਲਕ ਲਾ ਕੇ ਜਾਵੀ, ਬਲਕਿ ਤਵਾ ਜਿਹੜਾ ਨਾਲ ਲੈ ਜਾ ਕਰ, ਹੈ ਕਈਆਂ ਦੀਆਂ ਨਜ਼ਰਾਂ ਹੁੰਦੀਆਂ ਪੁੱਤ। ਹਾਂ ਮੇਰੀ ਧੀ ਵਰਗੀ ਕੋਈ ਨਹੀਂ ਹੈਗੀ, ਕੋਈ ਨਹੀਂ ਹੈਗੀ ਮੇਰੀ ਧੀ ਵਰਗੀ। ਨਾ ਖੱਟੀ ਮਾਈ ਮਿੱਠੀ ਕਹਿ ਜਾਓਗੀ ਇੱਕਦਮ। ਬਸ ਪੁੱਤ ਹੋ ਜਾਂਦਾ ਹੁੰਦਾ ਸਿਆਣੀ ਉਮਰ ਆ, ਹੁਣ ਹੁਣ ਉਹ ਨਾ ਜੇਨ ਉਹ ਨਹੀਂ ਰਹੇ ਪੁੱਤ, ਜੇਨ ਬਦਲ ਜਾਂਦੇ ਆ, ਜੇਨ ਹੁਣ ਉਹ ਨਹੀਂ ਹੈਗੇ। ਦੇਖਿਆ ਵੀਰਾ ਮਾਂ ਜੀ ਕਿੰਨਾ ਕਿੰਨਾ ਪਿਆਰ ਕਰਦੇ, ਮੈਂ ਤੈਨੂੰ ਕਹਿੰਦਾ ਸੀ ਨਾ ਇਹਨਾਂ ਨਾਲ ਪਿਆਰ ਕਰਿਆ ਕਰ, ਉਹ ਤੇਰੇ ਨਾਲ ਬਹੁਤ ਪਿਆਰ ਕਰਦੇ। ਮੈਂ ਬਹੁਤ ਪਿਆਰ ਕਰ, ਮੈਂ ਇਹ ਤੋਂ ਬਗੈਰ ਇੱਕ ਮਿੰਟ ਨਹੀਂ ਪੁੱਤ ਰਹਿ ਸਕਦੀ, ਇਹ ਤੋਂ ਬਗੈਰ ਮੇਰਾ ਇੱਕ ਮਿੰਟ ਗੁਜ਼ਾਰਾ ਨਹੀਂ ਹੈ। ਅੱਛਾ ਹਾਂ, ਇਹ ਧੀ ਮੇਰੀ ਬੜੀ ਬਖਤ ਵਾਲੀ ਆ, ਇਹ ਜਦੋਂ ਘਰ ਆਈ ਆ ਨਾ ਉਦੋਂ ਮੀਟਰ ਲੱਗਾ ਸਾਡਾ ਜਿਹੜਾ ਲਿਖਾ ਸੀ। ਅੱਛਾ ਜਦੋਂ ਆਈ ਉਦੋਂ ਲੱਗ ਗਿਆ। ਹਾਂ ਜਿਹੜਾ ਬੱਕਰਾ ਗੁਆਚਿਆ ਸੀ ਨਾ ਇਹਨੇ ਪੈਰ ਪਾਇਆ ਬੱਕਰਾ ਮਿਲ ਗਿਆ, ਸਾਰੀਆਂ ਚੋਰੀਆਂ ਵਾਪਸ ਹੋ ਗਈਆਂ ਜਦੋਂ ਦੀ ਆਈ। ਯਾਨੀ ਕਿ ਇਹਦਾ ਪੈਰ ਸਾਡੇ ਲਈ ਬੜਾ ਅੱਛਾ ਸਾਬਤ ਹੋਇਆ। ਹਾਂ ਇਹ ਉਹ ਭਾਗਾਂ ਵਾਲੀ ਬੱਚੀ ਆ। ਚੱਲ ਪੁੱਤ ਪੱਕੇ ਥੱਲੇ ਚੱਲ ਜਾ, ਪਰਸੀਨਾ ਆਉਂਦਾ ਪੁੱਤ, ਅੰਦਰ ਚੱਲ ਜਾ, ਏਸੀ ਚਲਾ ਕੇ ਪੈ, ਚੱਲ ਮੇਰੀ ਧੀ। ਮਾਈ ਲੱਗਦਾ ਬੌਂਦਲ ਗਈ ਆ। ਲੈ ਬੌਂਦਲ ਗਈ ਆ, ਮਾਈ ਤੇ ਬੜੀ ਛੱਤ ਡਿੱਗ ਪਈ ਆ। ਮਾਂ ਜੀ ਫੋਨ ਆ ਰਿਹਾ, ਇੱਕ ਮਿੰਟ ਠਹਿਰ। ਕਿਹਦਾ ਆਇਆ ਪੁੱਤ? ਮੈਂ ਦੇਖਦਾ। ਫੋਨ ਕਿਹਦਾ ਆਇਆ ਮੈਨੂੰ ਵੀ ਦੱਸ ਦਿਆ ਕਰ। ਇਹਦੇ ਭਰਾ ਦਾ। ਹਾਂ ਸੁਣ ਸੁਣ ਪੁੱਤ, ਫੋਨ ਫੋਨ ਜ਼ਰੂਰੀ ਸੁਣਨਾ, ਸੁਣ ਸੁਣ ਕੀ ਕਹਿੰਦਾ। ਹੈਲੋ, ਹਾਂਜੀ, ਹਾਂ ਹਾਂ ਹਾਂ, ਇਹ ਤੁਹਾਨੂੰ ਕਿਹਨੇ ਕਹਿਤਾ? ਕੀ ਹੋਇਆ? ਕੀ ਆ ਬਈ, ਕੀ ਹੋਇਆ ਪੁੱਤ, ਮੈਨੂੰ ਤਾਂ ਦੱਸ ਦੇ। ਨਹੀਂ ਉਹ ਤਾਂ ਕਹਿੰਦੇ ਸੀ ਸਵੇਰੇ ਤੁਸੀਂ ਆ ਜਿਓ। ਤਾਂ ਸਵੇਰੇ ਚੱਲ ਚੱਲਾਂਗੇ ਪੁੱਤ, ਆਪਾਂ ਨੂੰ ਕਿਹੜਾ ਕੰਮ ਆ, ਚੱਲਦੇ ਆ ਸਵੇਰੇ ਚੱਲਦੇ। ਯਾਰੇ ਤੂੰ ਕੈਸੀ ਖਬਰ ਦੇਤੀ ਮੈਨੂੰ? ਹੈਂ, ਕਿੱਦਾਂ ਨਹੀਂ ਦੇਤੀ? ਨਹੀਂ ਨਹੀਂ ਇਹ ਨਹੀਂ, ਇਹ ਮੈਂ ਨਹੀਂ, ਅਸੀਂ ਪੂਰੇ ਲੈਣੇ ਆ 1.5 ਕਰੋੜ ਹੀ। ਮਾਂ ਜੀ ਯਾਰ ਇਹ ਕਿਸ ਤਰ੍ਹਾਂ ਹੋ, ਕਿਸ ਤਰ੍ਹਾਂ ਗਿਆ ਇਹ? ਅੱਛਾ ਜੀ, ਇਹਦਾ ਮਤਲਬ ਸਾਡੇ ਨਾਲ ਇਹ ਹੱਥ ਕਰ ਗਏ ਨੇ।
ਓਕੇ ਕੀ ਹੋਇਆ ਕੀ ਪੁੱਤ? ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ 1.5 ਕਰੋੜ ਆਉਣਾ ਵਾ ਪ੍ਰਾਪਰਟੀ ਦਾ, ਅੱਛਾ ਉਹ ਸਾਰੀ ਜਗ੍ਹਾ 'ਤੇ ਕਬਜ਼ਾ ਕਰ ਲਿਆ ਬਦਮਾਸ਼ਾਂ ਨੇ। ਅੱਛਾ ਅਤੇ ਉੱਥੇ ਤਾਂ 2 ਕਤਲ ਵੀ ਹੋ ਗਏ, ਫਾਇਰਿੰਗ ਹੋਈ ਆਹਮਣੇ ਸਾਹਮਣੇ, ਫਿਰ ਅਤੇ ਕੰਮ ਲੰਮੇ ਹੀ ਪੈ ਗਏ ਮਾਂ ਜੀ ਕੀ। ਅੱਛਾ ਫਿਰ ਇਹਦੇ ਮਾਂ ਪਿਓ ਦਾ ਵੀ ਉਹਨਾਂ ਨੇ ਸਮਾਨ ਕੱਢ ਕੇ ਬਾਹਰ ਸੁੱਟਤਾ ਗਲੀ 'ਚ। ਅੱਛਾ ਅਤੇ ਹੁਣ ਉਹ ਸਾਰਾ ਸਮਾਨ ਲੈ ਕੇ ਇੱਧਰ ਹੀ ਆ ਰਹੇ ਰਹਿਣ, ਇੱਧਰ ਕਿਉਂ ਆਉਂਦੇ ਆ? ਆਪਣੇ ਘਰ ਜਾਣ, ਉਹਨਾਂ ਦਾ ਬੇੜਾ ਗਰਕ ਹੋਵੇ, ਅਸੀਂ ਤੁਹਾਡੇ ਚੜੇਰ ਰੱਖ ਕੇ ਬੈਠਾ ਪਰੇਸ਼ਾਨ ਹੋਈ ਆ। ਤੂੰ ਤਾਂ ਬੁੱਢੀ ਥੱਲੇ ਲੱਗਾ ਆ, ਬੇੜਾ ਗਰਕ ਹੋ ਜੇ, ਤੂੰ ਤਾਂ ਮਾਂ ਦੀ ਇੱਜ਼ਤ ਕਰਵਾਈ ਨੀ, ਬਸ ਇਸ ਘਰ ਚ ਰਹਿ ਲੈ, ਇਹ ਚੜੇਰ ਮੈਂ ਚੱਲਦੀ।